ਤਸਵੀਰਾਂ ਬਟਾਲਾ ਦੀਆਂ ਹਨ ਜਿੱਥੇ ਕਿ ਵਿਜੀਲੈਂਸ ਵਿਭਾਗ ਨੇ ਨਗਰ ਕਾਰਪੋਰੇਸ਼ਨ ਬਟਾਲਾ ਦੇ ਜੇਈ ਨੂੰ 50,000 ਰੁਪਏ ਦੀ ਰਿਸ਼ਵਤ ਸਮੇਤ ਕਾਬੂ ਕੀਤਾ ਹੈ। ਕਾਰਪੋਰੇਸ਼ਨ ਬਟਾਲਾ ਦੇ ਦਫ਼ਤਰ ਵਿੱਚ ਉਸ ਵੇਲੇ ਹਫੜਾ ਦਫੜੀ ਮਚ ਗਈ ਜਦ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਵੱਲੋਂ ਅਚਾਨਕ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਦੌਰਾਨ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਸਿਵਲ ਵਿਭਾਗ ਦੇ ਜੇਈ ਜਤਿੰਦਰ ਕੁਮਾਰ ਉਰਫ ਸ਼ੈਲੀ ਨੂੰ 50,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਇਸ ਮੌਕੇ ਵਿਜੀਲੈਂਸ ਵਿਭਾਗ ਦੇ ਇੰਸਪੈਕਟਰ ਜਤਿੰਦਰ ਸਿੰਘ ਨੇ ਸਾਰੀ ਜਾਣਕਾਰੀ ਦਿੱਤੀ ਹੈ। ਇਹ ਆਪਣੇ ਜੇਈ ਪੋਸਟਡ ਨੇ ਇੱਥੇ ਇੰਜੀਨੀਅਰਿੰਗ ਬ੍ਰਾਂਚ ਦੇ ਵਿੱਚ ਅਤੇ ਇੱਕ ਇਹਨਾਂ ਕੋਲ ਪਠਾਨਕੋਟ ਚਾਰਜ ਹੈ ਜੀ। ਇੱਕ ਪਠਾਨਕੋਟ ਸਾਡੇ ਕੰਪਲੇਂਟੈਂਟ ਸੀਗੇ ਹਰਪਾਲ ਸਿੰਘ, ਇਹ ਉਹਨਾਂ ਕੋਲ ਇੱਕ ਕੰਮ ਦੇ ਬਦਲੇ 'ਚ 1,00,000 ਰੁਪਇਆ ਮੰਗ ਰਹੇ ਸੀਗੇ ਜੀ। ਅਤੇ ਕੱਲ੍ਹ ਇਹਨਾਂ ਦੀ ਉੱਥੇ ਡੀਲ ਹੋਈ ਸੀਗੀ ਅਤੇ ਉਹ 50,000 ਰੁਪਇਆ ਉਹਨਾਂ ਕੋਲ ਅਰੇਂਜ ਹੋ ਪਾਇਆ। ਕਹਿੰਦੇ ਸੀ ਨਹੀਂ 1,00,000 ਪੂਰਾ ਕਰਕੇ ਮੈਨੂੰ ਦੇ ਦੇ, ਉਹ ਅੱਜ 1,00,000 ਰੁਪਇਆ ਕਹਿੰਦੇ ਸੀ ਮੈਨੂੰ ਬਟਾਲੇ ਆਫਿਸ ਆ ਕੇ ਦੇ, ਤੇਰਾ ਮੈਂ ਕੰਮ ਫੇਰ ਕਰਾਂਗਾ। ਉਹ 1,00,000 ਰੁਪਇਆ ਲੈਂਦੇ ਇਹਨਾਂ ਨੂੰ ਰੰਗੇ ਹੱਥੀਂ ਫੜਿਆ ਜੀ। ਕਾਰਵਾਈ ਵਿੱਚ ਹੁਣ ਅੱਗੇ ਆਪਣੇ ਮੁਕਦਮਾ ਦਰਜ ਕਰਕੇ ਫਿਰ ਫਰਦਰ ਜੋ ਵੀ ਕੰਮ ਇਹਨਾਂ ਦਾ ਕੋਈ ਪਠਾਨਕੋਟ ਦੇ ਰਿਗਾਰਡਿੰਗ ਹੈਗਾ ਸੀਗਾ ਕਾਰਪੋਰੇਸ਼ਨ ਦੇ ਵਿੱਚ, ਇਹਨਾਂ ਕੋਲ ਡਿਊਲ ਚਾਰਜ ਹੈ ਕਿੱਥੋਂ ਦਾ? ਇੱਕ ਪਠਾਨਕੋਟ ਦਾ। ਇਹ ਜਤਿੰਦਰ ਕੁਮਾਰ ਲਿਆ ਸ਼ੈਲੀ ਕਹਿੰਦੇ ਆ, ਕਾਰਪੋਰੇਸ਼ਨ 'ਚ ਲੱਗਾ ਹੋਇਆ। ਥੈਂਕ ਯੂ, ਥੈਂਕ ਯੂ ਸਰ। ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।